ਜਿਸ ਤਰ੍ਹਾਂ ਕਿ ਫੋਰਕਾਸਟ ਹੈ ਜਿਹੜੀ IMD ਤੋਂ ਸਾਨੂੰ ਰਿਸੀਵ ਹੋਈ ਹੈ ਕਿ ਜਿਹੜੀ ਮੌਨਸੂਨ ਹੈ ਉਹ ਰਿਵਾਈਵ ਹੋ ਚੁੱਕੀ ਹੈ, ਉਹਦੇ ਮੱਦੇਨਜ਼ਰ ਲੱਗ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਅੱਛੀ ਬਾਰਿਸ਼ ਜਿਹੜੀ ਹੈ ਦੇਖਣ ਨੂੰ ਮਿਲ ਸਕਦੀ ਹੈ। ਜਿਹੜਾ ਹਰਿਆਣਾ ਦਾ ਪਾਰਟ ਹੈ ਉੱਥੇ ਕਾਫੀ ਜ਼ਿਆਦਾ ਮਤਲਬ ਬਾਰਿਸ਼ ਜਿਹੜੀ ਹੈ ਉਹਦਾ ਇਫੈਕਟ ਜਿਹੜਾ ਮੌਨਸੂਨ ਦਾ ਦੇਖਣ ਨੂੰ ਮਿਲ ਰਿਹਾ। ਉਸ ਤੋਂ ਬਾਅਦ ਪੰਜਾਬ ਦੇ ਵਿੱਚ ਲੱਗਦਾ ਹੈ ਕਿ ਉਹਦੀ ਜਿਹੜੀ ਮੂਵਮੈਂਟ ਆ ਉਹ ਜਾਰੀ ਰਹੇਗੀ। ਜੇ ਆਪਾਂ ਡਿਸਟ੍ਰਿਕਟ ਵਾਈਜ਼ ਗੱਲ ਕਰਦੇ ਹਾਂ ਤਾਂ ਆਲਮੋਸਟ ਸਾਰੇ ਡਿਸਟ੍ਰਿਕਟ ਹੀ ਜੁਲਾਈ ਦੇ ਵਿੱਚ ਜਿਹੜੇ ਨੇ ਉਹ ਡੈਫਿਸਿਟ ਚੱਲ ਰਹੇ ਨੇ। ਈਵਨ ਲੁਧਿਆਣਾ ਜਿਹੜਾ 50% ਤੱਕ ਵੀ ਡੈਫਿਸਿਟ ਚੱਲ ਰਿਹਾ। ਕੁਛ ਡਿਸਟ੍ਰਿਕਟਸ ਜਿਹੜੇ ਨੇ ਉਹ ਅੱਛੀ ਪੋਜੀਸ਼ਨ ਦੇ ਵਿੱਚ ਵੀ ਨੇ, ਜਿਵੇਂ ਕਿ ਸੰਗਰੂਰ ਹੈ, ਤਰਨ ਤਾਰਨ ਹੈ, ਮਾਨਸਾ ਹੈ, ਪਠਾਨਕੋਟ ਹੈ, ਇਹਨਾਂ ਜ਼ਿਲ੍ਹਿਆਂ ਦੇ ਵਿੱਚ ਅੱਛੀ ਬਾਰਿਸ਼ ਹੋਈ ਹੈ, ਪਰ ਬਾਕੀ ਜਿਹੜੇ ਜ਼ਿਲ੍ਹੇ ਆ ਉਹ ਕਾਫੀ ਉਹਨਾਂ ਦੇ ਵਿੱਚ ਜਿਹੜੀ ਹੈ ਡੈਫਿਸਿਟ ਹੀ ਚੱਲ ਰਹੀ ਹੈ। ਕਿਸਾਨਾਂ ਨੂੰ ਆਪਾਂ ਇਹੀ ਅਪੀਲ ਕਰ ਸਕਦੇ ਹਾਂ ਜੀ ਕਿ ਜਿਹੜੀ ਆਪਣਾ ਇੱਕ ਤਾਂ ਫਸਲ ਦਾ ਪੂਰਾ ਆਪਣਾ ਮੋਨੀਟਰਿੰਗ ਕਰਦੇ ਰਹਿਣ ਤਾਂ ਕਿ ਜਿਹੜੀ ਵੀ ਕੋਈ ਲੱਗਦਾ ਉਹਨਾਂ ਨੂੰ ਵੀ ਇਸ ਜਿਹੜੀ ਉਮਸ ਭਰੀ ਗਰਮੀ ਹੈ ਉਹਦੇ ਨਾਲ ਕੋਈ ਬਿਮਾਰੀ ਜਾਂ ਕੋਈ ਕੀਟ ਹੈ ਜਿਹੜਾ ਉਹਦਾ ਇਫੈਕਟ ਆ ਰਿਹਾ ਫਸਲ 'ਤੇ, ਉਹਨੂੰ ਧਿਆਨ ਰੱਖਿਆ ਜਾਏ ਅਤੇ ਉਹਨੂੰ ਲੋੜੀਂਦਾ ਜਿਹੜਾ ਉਹਦੀ ਪ੍ਰਬੰਧ ਕੀਤੇ ਜਾਣ ਜਾਂ ਮਾਹਰਾਂ ਨਾਲ ਸੰਪਰਕ ਕੀਤਾ ਜਾਏ ਤਾਂ ਕਿ ਉਹਦਾ ਜਿਹੜਾ ਟਾਈਮ ਨਾਲ ਹੀ ਕੰਟਰੋਲ ਹੋ ਸਕੇ। ਤਾਂ ਰਿਹਾ ਹੈ ਆਉਣ ਵਾਲੇ ਦਿਨਾਂ ਵਿੱਚ ਕਿਸ ਤਰ੍ਹਾਂ ਦਾ ਜਿਹੜਾ ਮੌਸਮ ਰਹਿਣ ਦੀ ਉਮੀਦ ਹੈ, ਕੀ ਲੱਗਦਾ ਕਿ ਲੋਕਾਂ ਨੂੰ ਗਰਮੀ ਤੋਂ ਰਾਹਤ ਜਿਹੜੀ ਮਿਲੇਗੀ? ਦੇਖੋ ਜਿਸ ਤਰ੍ਹਾਂ ਕਿ ਫੋਰਕਾਸਟ ਹੈ ਜਿਹੜੀ IMD ਤੋਂ ਸਾਨੂੰ ਰਿਸੀਵ ਹੋਈ ਹੈ ਕਿ ਜਿਹੜੀ ਮੌਨਸੂਨ ਹੈ ਉਹ ਰਿਵਾਈਵ ਹੋ ਚੁੱਕੀ ਹੈ। ਸੋ ਉਹਦੇ ਮੱਦੇਨਜ਼ਰ ਲੱਗ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਅੱਛੀ ਬਾਰਿਸ਼ ਜਿਹੜੀ ਹੈ ਦੇਖਣ ਨੂੰ ਮਿਲ ਸਕਦੀ ਹੈ, ਕਿਉਂਕਿ ਜਿਹੜਾ ਹਰਿਆਣਾ ਦਾ ਪਾਰਟ ਹੈ ਉੱਥੇ ਕਾਫੀ ਜ਼ਿਆਦਾ ਮਤਲਬ ਬਾਰਿਸ਼ ਜਿਹੜੀ ਹੈ ਉਹਦਾ ਇਫੈਕਟ ਜਿਹੜਾ ਮੌਨਸੂਨ ਦਾ ਦੇਖਣ ਨੂੰ ਮਿਲ ਰਿਹਾ। ਅਤੇ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਲੱਗਦਾ ਹੈ ਕਿ ਉਹਦੀ ਜਿਹੜੀ ਮੂਵਮੈਂਟ ਆ ਉਹ ਜਾਰੀ ਰਹੇਗੀ, ਜਿਹਦੇ ਮੱਦੇਨਜ਼ਰ ਕਿ ਆਪਣੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਲੱਗ ਰਿਹਾ ਕਿ ਅੱਛੀ ਬਾਰਿਸ਼ ਹੋ ਸਕਦੀ ਹੈ। ਸੋ ਜਿਸ ਤਰ੍ਹਾਂ ਕਿ 22 ਤਰੀਕ ਨੂੰ ਫੋਰਕਾਸਟ ਸੀਗੀ ਕਿ ਮੌਨਸੂਨ ਰਿਵਾਈਵ ਹੋਏਗੀ ਤਾਂ ਹਰਿਆਣੇ ਦੇ ਵਿੱਚ ਉਹਦਾ ਜਿਹੜਾ ਅਸਰ ਆ ਉਹ ਦੇਖਿਆ ਜਾ ਰਿਹਾ ਹੈ, ਅਤੇ ਪਰ 23-24 ਨੂੰ ਜਿਸ ਤਰ੍ਹਾਂ ਲੱਗ ਰਿਹਾ ਕਿ ਥੋੜ੍ਹੀ ਸਕੈਟਰਡ ਬਾਰਿਸ਼ ਹੋ ਸਕਦੀ ਹੈ ਕੁਛ ਹਿੱਸਿਆਂ ਦੇ ਵਿੱਚ, ਉਸ ਤੋਂ ਬਾਅਦ ਫਿਰ 24-25 ਨੂੰ ਚਾਂਸਿਸ ਨੇ ਕਿ ਪੂਰਾ ਜਿਹੜਾ ਪੰਜਾਬ ਹੈ ਉਹਦੇ ਵਿੱਚ ਜਿਹੜੀ ਬਾਰਿਸ਼ ਹੈ ਉਹ ਕਾਫੀ ਅੱਛੀ ਹੋ ਸਕਦੀ ਹੈ। ਅਤੇ ਜਿਹੜਾ ਮੌਨਸੂਨ ਦਾ ਜਿਹੜਾ ਡੈਫਿਸਿਟ ਹੈਗਾ ਉਹ ਹਾਲੇ ਤੱਕ ਸਾਡੇ ਕੋਲ 44% ਜਿਹੜਾ ਉਹ ਚੱਲ ਰਿਹਾ। ਜੇ ਆਪਾਂ ਡਿਸਟ੍ਰਿਕਟ ਵਾਈਜ਼ ਗੱਲ ਕਰਦੇ ਹਾਂ ਤਾਂ ਆਲਮੋਸਟ ਸਾਰੇ ਡਿਸਟ੍ਰਿਕਟ ਹੀ ਜੁਲਾਈ ਦੇ ਵਿੱਚ ਜਿਹੜੇ ਨੇ ਉਹ ਡੈਫਿਸਿਟ ਚੱਲ ਰਹੇ ਨੇ। ਈਵਨ ਲੁਧਿਆਣਾ ਜਿਹੜਾ 50% ਤੱਕ ਵੀ ਡੈਫਿਸਿਟ ਚੱਲ ਰਿਹਾ। ਕੁਛ ਡਿਸਟ੍ਰਿਕਟਸ ਜਿਹੜੇ ਨੇ ਉਹ ਅੱਛੀ ਪੋਜੀਸ਼ਨ ਦੇ ਵਿੱਚ ਵੀ ਨੇ, ਜਿਵੇਂ ਕਿ ਸੰਗਰੂਰ ਹੈ, ਤਰਨ ਤਾਰਨ ਹੈ, ਮਾਨਸਾ ਹੈ, ਪਠਾਨਕੋਟ ਹੈ, ਇਹਨਾਂ ਜ਼ਿਲ੍ਹਿਆਂ ਦੇ ਵਿੱਚ ਅੱਛੀ ਬਾਰਿਸ਼ ਹੋਈ ਹੈ, ਪਰ ਬਾਕੀ ਜਿਹੜੇ ਜ਼ਿਲ੍ਹੇ ਆ ਉਹ ਕਾਫੀ ਉਹਨਾਂ ਦੇ ਵਿੱਚ ਜਿਹੜੀ ਹੈ ਡੈਫਿਸਿਟ ਹੀ ਚੱਲ ਰਹੀ ਹੈ। ਪਰ ਜਿਸ ਤਰ੍ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਲੱਗਦਾ ਹੈ ਕਿ ਅੱਛੀ ਬਾਰਿਸ਼ ਹੋਏਗੀ ਤਾਂ ਮੇ ਬੀ ਜਿਹੜਾ ਇਹ ਡੈਫਿਸਿਟ ਹੈ ਉਹ ਕਵਰ ਹੋ ਸਕਦਾ। ਪਰ ਜਿਸ ਤਰ੍ਹਾਂ ਕਿ ਸਿਚੁਏਸ਼ਨ ਹੈਗੀ ਹੈ ਹੁਣ ਆਪਾਂ ਟੈਂਪਰੇਚਰਸ ਦੀ ਜੇ ਗੱਲ ਕਰਦੇ ਹਾਂ ਤਾਂ ਟੈਂਪਰੇਚਰਸ ਵੀ ਬਹੁਤ ਜ਼ਿਆਦਾ ਇਸ ਵਾਰੀ ਹਾਈ ਦੇਖਣ ਨੂੰ ਮਿਲ ਰਹੇ ਨੇ। ਜਿਹੜਾ ਰਾਤ ਦਾ ਤਾਪਮਾਨ ਹੈ 31 ਡਿਗਰੀ ਤੱਕ ਜਿਹੜਾ ਉਹ ਰਿਕਾਰਡ ਕੀਤਾ ਗਿਆ, ਦਿਨ ਦਾ ਤਾਪਮਾਨ ਜਿਹੜਾ 38 ਡਿਗਰੀ ਤੱਕ ਰਿਕਾਰਡ ਕੀਤਾ ਗਿਆ। ਸੋ ਦੋਨੋਂ ਹੀ ਜਿਹੜੇ ਟੈਂਪਰੇਚਰਸ ਨੇ 4-5 ਡਿਗਰੀ ਨੋਰਮਲ ਤੋਂ ਜ਼ਿਆਦਾ ਨੇ। ਹੁਣ ਲਾਸਟ ਈਅਰ ਦੀ ਜੇ ਆਪਾਂ ਗੱਲ ਕਰਦੇ ਹਾਂ ਤਾਂ ਇਸ ਤਰ੍ਹਾਂ ਦੇ ਟੈਂਪਰੇਚਰਸ ਇੰਨੇ ਹਾਈ ਨਹੀਂ ਸੀ ਰਿਕਾਰਡ ਕੀਤੇ ਗਏ। ਇਸ ਵਾਰੀ ਜਿਹੜੇ ਟੈਂਪਰੇਚਰਸ ਨੇ ਉਹ ਜ਼ਿਆਦਾ ਹੋ ਰਹੇ ਨੇ ਕਿਉਂਕਿ ਜਿਹੜੀ ਮੌਨਸੂਨ ਦੇ ਵਿੱਚ ਬ੍ਰੇਕ ਹੈ ਉਹ ਕਾਫੀ ਲੰਬੀ ਹੋ ਗਈ ਹੈ। ਫਸਟ ਵੀਕ ਆਫ ਜੁਲਾਈ ਦੇ ਵਿੱਚ ਅੱਛੀ ਬਾਰਿਸ਼ ਹੋਈ ਹੈ ਪਰ ਉਸ ਤੋਂ ਬਾਅਦ ਜਿਹੜੀ ਮੌਨਸੂਨ ਉਹਦੇ ਵਿੱਚ ਬ੍ਰੇਕ ਹੀ ਦੇਖਣ ਨੂੰ ਮਿਲਿਆ, ਜਿਹਦੇ ਨਾਲ ਕਿ ਟੈਂਪਰੇਚਰਸ ਜਿਹੜੇ ਨੇ ਉਹ ਲਗਾਤਾਰ ਵੱਧ ਰਹੇ ਨੇ। ਪਰ ਹੁਣ ਜਿਸ ਤਰ੍ਹਾਂ ਕਿ ਆਪਾਂ ਨੂੰ ਉਮੀਦ ਹੈ ਕਿ ਅੱਛੀ ਆਉਣ ਵਾਲੇ ਦਿਨਾਂ 'ਚ ਬਾਰਿਸ਼ ਹੋ ਸਕਦੀ ਹੈ ਤਾਂ ਟੈਂਪਰੇਚਰਸ ਵੀ ਜਿਹੜੇ ਡਾਊਨ ਜਾਣਗੇ ਅਤੇ ਸਾਨੂੰ ਜਿਹੜੀ ਹੁੰਮਸ ਭਰੀ ਗਰਮੀ ਹੈ ਉਹ ਤੋਂ ਛੁਟਕਾਰਾ ਮਿਲੇਗਾ। ਦੇਖੋ ਸਾਰੇ ਡਿਸਟ੍ਰਿਕਟਸ ਦੇ ਵਿੱਚ ਜਿਹੜੀ ਬਾਰਿਸ਼ ਹੈ ਉਹ ਘੱਟ ਹੀ ਰਿਕਾਰਡ ਹੋਈ ਹੈ। ਲੁਧਿਆਣੇ ਦੇ ਵਿੱਚ ਵੀ ਸਾਡੇ ਕੋਲ 50% ਤੱਕ ਡੈਫਿਸਿਟ ਹੈਗਾ ਅਤੇ ਬਾਕੀ ਜਿਹੜੇ ਹੋਰ ਡਿਸਟ੍ਰਿਕਟਸ ਨੇ ਜਿਵੇਂ ਜਲੰਧਰ ਹੈ, ਮੋਗਾ ਹੈ, ਆਪਣਾ ਅੰਮ੍ਰਿਤਸਰ ਹੈ, ਇਹਨਾਂ ਡਿਸਟ੍ਰਿਕਟਸ ਦੇ ਵਿੱਚ ਵੀ ਰੇਨਫਾਲ ਘੱਟ ਹੀ ਰਿਕਾਰਡ ਕੀਤੀ ਗਈ ਹੈ। ਸਿਰਫ ਜਿਹੜੇ 3-4 ਜ਼ਿਲ੍ਹੇ ਹੈਗੇ ਆ ਉਹਨਾਂ ਦੇ ਵਿੱਚ ਹੀ ਜਿਹੜੀ ਬਾਰਿਸ਼ ਹੈ ਉਹ ਅੱਛੀ ਦੇਖਣ ਨੂੰ ਮਿਲੀ ਹੈ। ਹਾਂਜੀ ਬਿਲਕੁਲ, ਜਿਸ ਤਰ੍ਹਾਂ ਹੁਣ ਮੌਨਸੂਨ ਨੇ ਰਿਵਾਈਵ ਕੀਤਾ ਹੈ ਤਾਂ ਹਰਿਆਣਾ ਦੇ ਵਿੱਚ ਕਾਫੀ ਅੱਛੀ ਬਾਰਿਸ਼ ਹੋ ਰਹੀ ਹੈ। ਸੋ ਉਸ ਤੋਂ ਬਾਅਦ ਉਮੀਦ ਹੈਗੀ ਹੈ ਕਿ ਪੰਜਾਬ ਦੇ ਵਿੱਚ ਮੌਨਸੂਨ ਐਂਟਰ ਕਰੇਗੀ ਅਤੇ ਆਉਣ ਵਾਲੇ ਜਿਵੇਂ 24-25 ਤਰੀਕ ਤੋਂ ਅੱਛੀ ਬਾਰਿਸ਼ ਜਿਹੜੀ ਆਪਾਂ ਮਹਿਸੂਸ ਕਰਾਂਗੇ। ਕਿਸਾਨਾਂ ਨੂੰ ਆਪਾਂ ਇਹੀ ਅਪੀਲ ਕਰ ਸਕਦੇ ਹਾਂ ਜੀ ਕਿ ਜਿਹੜੀ ਆਪਣਾ ਇੱਕ ਤਾਂ ਫਸਲ ਦਾ ਪੂਰਾ ਆਪਣਾ ਮੋਨੀਟਰਿੰਗ ਕਰਦੇ ਰਹਿਣ ਤਾਂ ਕਿ ਜਿਹੜੀ ਵੀ ਕੋਈ ਲੱਗਦਾ ਉਹਨਾਂ ਨੂੰ ਵੀ ਇਸ ਜਿਹੜੀ ਹੁੰਮਸ ਭਰੀ ਗਰਮੀ ਹੈ ਉਹਦੇ ਨਾਲ ਕੋਈ ਬਿਮਾਰੀ ਜਾਂ ਕੋਈ ਕੀਟ ਹੈ ਜਿਹੜਾ ਉਹਦਾ ਇਫੈਕਟ ਆ ਰਿਹਾ ਫਸਲ 'ਤੇ ਉਹਨੂੰ ਧਿਆਨ ਰੱਖਿਆ ਜਾਏ ਅਤੇ ਉਹਨੂੰ ਲੋੜੀਂਦਾ ਜਿਹੜਾ ਉਹਦੀ ਪ੍ਰਬੰਧ ਕੀਤੇ ਜਾਣ ਜਾਂ ਮਾਹਰਾਂ ਨਾਲ ਸੰਪਰਕ ਕੀਤਾ ਜਾਏ ਤਾਂ ਕਿ ਉਹਦਾ ਜਿਹੜਾ ਆਪਾਂ ਕਹਿ ਸਕਦੇ ਟਾਈਮ ਨਾਲ ਹੀ ਕੰਟਰੋਲ ਹੋ ਸਕੇ।
दूसरी गल यह है कि जिहड़ा पानी है वह उन्ना ही लाया जाए जिनी फसल नूं लोड़ है, क्योंकि झोने दे विच वी पानी हुण खड़ा करन दी लोड़ नहीं हैगी क्योंकि झोने दी ट्रांसप्लांटेशन हो चुकी है। उस तो बाद हुंदा है कि लगातार आपां नूं पानी लाउण दी लोड़ नहीं हुंदी, जदों पानी जीर जाए फिर ही पानी लाउणा चाहीदा। सो उस हिसाब नाल ही पानी लाया जाए जिनी लोड़ है, तां कि लोड़ तों वध पानी लाउण दा फायदा नहीं हुंदा, नुकसान ही हुंदा। सो इन्हां गल्लां दा जरूर ध्यान रख्या जाए। आम लोगों को भी देखा जाए तो जिस तरह कि हुण सवेरे शाम भी बहुत ज़्यादा मतलब हुमस भरी गर्मी हुंदी है। सो जिहड़े लोग स्पैशली जिहड़े साह दे पेशेंट्स ने उन्हां नूं जिहड़ी सैर है वह थोड़ी जी अवॉइड करनी चाहिए है, या तो बहुत अर्ली मॉर्निंग होए जदों कि मौसम थोड़ा ठीक हुंदा है। लेकिन जिहड़े लोग अपना दिन चढ़े तो जिवें 7-8 बजे तक जिहड़ी वॉक करते हैं उदों एक वारी सफोकेशन होनी शुरू हो जाती है, क्योंकि जिहड़ा ट्रैफिक है वह भी होना शुरू हो जाता। सो उस चीज़ नूं जरूर ध्यान रख्या जाए, तो शाम को भी जिहड़ी हैगी है वह अवॉइड की जाए, जिन्हां नूं मतलब जिहड़े ओल्ड पेशेंट्स ने या कोई जिन्हां नूं कोई इस तरह दी प्रॉब्लम्स ने वो थोड़ा अवॉइड कर सकते हैं, क्योंकि जिहड़ी इवेपोरेशन हो रही है जदों पानी लग रहा खेतों के लोअर एटमोसफेयर के सारी एंटेंगल हो रही है, जिदे नाल कि सारी जिहड़ी गहर जीवी कई बार सवेरे देखते हैं आपां बनी हुंदी है। सो जदों सैर करते हैं तो वह सारी चीज़ आपां नूं मतलब अनकंफर्टेबल भी लगती है, साह लैण च भी कई बार प्रॉब्लम हुंदी है। सो इन्हां गल्लां दा जरूर ध्यान रख्या जाए कि आपां नूं सेहत जिहड़ी है वह बहुत जरूरी हैगी है। तां बेमौसमी बारिश जिवें अज के मौसम 10 बजे तक नेरा सी, एकदम बदल सीगा, एकदम वधी गया। बिल्कुल नहीं, बेमौसमी बारिश नहीं हैगी, ये तो मौसम की बारिश है, मानसून सीजन के बारिश होंगी है। बट ये है कि जिस तरह हुण एकदम जदों हवा चलती है तो वह बदल जिहड़े आ उन्हां नूं उड़ा के लै जांदी है। सो इस तरह ही सवेरे होया है कि एक बारी लग रहा है कि इस बारी अज काफ़ी अच्छी बारिश होएगी, पर जदों ही हवा चली है तो वह जिहड़े मूवमेंट जिहड़ी है क्लाउड्स की हो गई है, जिहदे नाल कि किते होर जोर बारिश हुई होएगी। सो पर उम्मीद करते हैं कि जिवें आने वाले दिनों के मानसून रिवाइव हो रही है तो पंजाब के सारे ज़िलों के अच्छी बारिश होएगी।